ਆਹ ਦੇਖੋ ਯਾਰ ਸਾਗ ਬਿਲਕੁਲ ਫਰੈਸ਼ ਭਾਜੀ, ਮੈਨੂੰ ਲੱਗਦਾ ਖੇਤਾਂ 'ਚੋਂ ਤੋੜਿਆ ਹੋਇਆ ਸਾਗ ਹੈ ਭਾਜੀ। ਜ਼ਬਰਦਸਤ, ਬਹੁਤ ਹੀ ਵਧੀਆ ਯਾਰ। ਔਰ ਇੱਧਰ ਦੇਖੋ ਯਾਰ ਕਿੱਦਾਂ, ਮਤਲਬ ਕਿ ਚੁੱਲ੍ਹਾ ਬਲਦਾ ਪਿਆ, ਇੱਧਰ ਸਾਗ ਬਣੇਗਾ ਦੇਖੋ। ਇਹ ਪਾਣੀ ਰੱਖਿਆ ਹੋਇਆ, ਵਾਹ ਜੀ ਵਾਹ, ਜ਼ਬਰਦਸਤ। ਆਹ ਦੇਖੋ ਯਾਰ ਸਿੱਧੂ ਮੂਸੇਵਾਲੇ ਬਾਈ ਦੀ ਪੂਰੀ ਪੇਂਟਿੰਗ ਕੀਤੀ ਗਈ ਹੈ, ਔਰ ਉੱਪਰ ਲਿਖਿਆ ਗਿਆ ਟਿੱਬਿਆਂ ਦਾ ਪੁੱਤ 5/9/11, ਔਰ ਥੱਲੇ ਸਪੈਸ਼ਲ ਸਿੱਧੂ ਮੂਸੇਵਾਲੇ ਦਾ ਜਿਹੜਾ ਫੇਵਰੇਟ ਡਾਇਲੋਗ ਹੈ ਉਹ ਲਿਖਿਆ ਹੈ, ਹੈ ਕੋਈ ਹੋਰ। ਸੋ ਹੈ ਗਾਈਜ਼, ਵੈਲਕਮ ਬੈਕ ਟੂ ਦਾ ਚੈਨਲ ਵਿਦ ਏ ਨਿਊ ਐਪੀਸੋਡ। ਮੈਂ ਹੂੰ ਆਪਕਾ ਹੋਸਟ ਔਰ ਦੋਸਤ ਨਵੀਸ਼। ਤੋ ਭਾਈ ਸਾਹਿਬ, ਆਜ ਮੈਂ ਹੂੰ ਲੁਧਿਆਣਾ ਮੇਂ ਔਰ ਗਿੱਲ ਵਿਲੇਜ ਮੇਂ ਹੂੰ, ਔਰ ਆਪਕੋ ਲੈ ਕੇ ਆਇਆ ਹੂੰ ਬਹੁਤ ਹੀ ਖਾਸ ਜਗ੍ਹਾ ਪੇ। ਭਾਈ ਮੈਂ ਅਭੀ ਆਇਆ ਹੂੰ ਸਿੱਧੂ ਮੂਸੇਵਾਲੇ ਭਾਈ ਕੀ ਹਵੇਲੀ ਪੇ। ਤੋ ਯਹਾਂ ਪਰ ਆਪਕੋ ਮਿਲੇਗਾ ਸਰਸੋਂ ਕਾ ਸਾਗ, ਮੱਕੀ ਕੀ ਰੋਟੀ ਔਰ ਚਾਟੀ ਕੀ ਲੱਸੀ ਭਾਈ। ਔਰ ਭਾਈ ਇੱਧਰ ਦੇਖੋ ਆਪਣੇ ਮੂਸੇਵਾਲੇ ਭਾਈ, ਜੋ ਪੰਜਾਬ ਕੇ ਲੈਜੈਂਡ ਮਾਨੇ ਜਾਤੇ ਹੈ ਸਿੰਗਰ ਮੇਂ, ਤੋ ਉਨਕੀ ਫੋਟੋ ਲੱਗੀ ਹੋਈ ਹੈ। ਔਰ ਯੇ ਸਾਹਮਣੇ ਹਵੇਲੀ ਹੈ, ਸਭ ਕੁਝ ਦਿਖਾਊਂਗਾ ਆਪਕੋ, ਸਭ ਕੁਝ ਬਤਾਊਂਗਾ, ਲੋਕੇਸ਼ਨ ਵਗੈਰਾ ਹਰ ਚੀਜ਼ ਬਤਾਊਂਗਾ। ਤੋ ਭਾਈ ਉਸੇ ਪਹਿਲੇ ਮੇਰੇ ਚੈਨਲ ਕੋ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਔਰ ਸਬਸਕ੍ਰਾਈਬ ਕਰ ਦਿਓ। ਤੋ ਆ ਜਾਓ ਮੇਰੇ ਸਾਥ। ਤੋ ਯੇ ਵਲੌਗ ਯਾਰ ਮੈਂ ਹਿੰਦੀ ਔਰ ਪੰਜਾਬੀ ਮੇਂ ਮਿਕਸ ਬਣਾਊਂਗਾ, ਤੋ ਉਸਕੋ ਪਲੀਜ਼ ਯਾਰ ਆਪ ਮੈਨੇਜ ਕਰ ਲੈਣਾ ਯਾਰ। ਯਹਾਂ ਸੇ ਹੈ ਐਂਟਰੀ ਇਸ ਹਵੇਲੀ ਕੀ। ਔਰ ਭਾਈ ਸਾਹਿਬ ਯੇ ਸਾਹਮਣੇ ਦੇਖੋ ਯਾਰ, ਪੂਰਾ ਪੰਜਾਬੀ ਕਲਚਰ, ਪੂਰਾ ਪੰਜਾਬੀ ਵਿਰਸਾ ਦਿਖਾਇਆ ਗਿਆ ਸਾਹਮਣੇ ਪੰਜਾਬੀ ਮੇਂ ਲਿਖਾ ਮੇਰਾ ਪਿੰਡ ਜਿਸਕੋ। ਤੋ ਯਹਾਂ ਪਰ ਯਾਰ ਯੇ ਦੇਖੋ ਚੁੱਲ੍ਹਾ ਪੂਰਾ ਬਣਾ ਹੂਆ ਹੈ ਪੰਜਾਬੀ, ਔਰ ਯੇ ਦੇਖੀਏ ਪੂਰਾ ਆਂਟੀ ਜੀ ਯਹਾਂ ਪਰ ਇਸ ਚੁੱਲ੍ਹੇ ਪੇ ਰੋਟੀ ਬਣਤੀ ਹੈ। ਔਰ ਯੇ ਦੇਖੋ ਪੂਰਾ ਪੁਰਾਣੇ ਟਾਈਮ ਕਾ ਯਹਾਂ ਪੇ ਕਲਚਰ ਦਿਖਾਇਆ ਗਿਆ। ਔਰ ਆਂਟੀ ਜੀ ਯਹਾਂ ਪਰ ਅਭੀ ਲੱਕੜੀਆਂ ਜਲਾ ਰਹੇ ਹੈ। ਆਂਟੀ ਜੀ ਰੋਟੀ ਇੱਥੇ ਹੀ ਬਣਦੀ ਹੈ ਜੀ, ਇੱਥੇ ਰੋਟੀ ਬਣਦੀ ਅਤੇ ਪਰਲੇ 'ਤੇ ਆਂਟੀ ਜੀ? ਅੱਛਾ ਪਰਲੇ 'ਤੇ ਸਾਗ ਬਣਦਾ, ਕਿਆ ਬਾਤ ਹੈ। ਅਤੇ ਆਂਟੀ ਜੀ ਇਹ ਲੱਕੜੀ ਕਿਸ ਚੀਜ਼ ਦੀ ਹੈ ਜੀ? ਆਹ ਵਾਲੀ ਲੱਕੜ ਕਿਸ ਚੀਜ਼ ਦੀ ਜੀ? ਅੱਛਾ ਨਿੰਮ ਦੀ ਲੱਕੜ ਜਲਾਉਂਦੇ ਹੋ। ਤੋ ਭਾਈ ਅਭੀ ਮੈਂ ਅੰਦਰ ਆ ਗਿਆ ਹੂੰ ਸਿੱਧੂ ਮੂਸੇਵਾਲੇ ਭਾਈ ਕੀ ਹਵੇਲੀ ਮੇਂ, ਔਰ ਯਹਾਂ ਪੇ ਲਿਖਿਆ ਟਿੱਬਿਆਂ ਦਾ ਪੁੱਤ, ਔਰ ਨੀਚੇ ਲਿਖਿਆ ਹੈ ਕੋਈ ਹੋਰ। ਤੋ ਯਾਰ ਇਹ ਪੂਰੀ ਮਤਲਬ ਕਿ ਸਿੱਧੂ ਮੂਸੇਵਾਲੇ ਭਾਈ ਕੋ ਡੈਡੀਕੇਟਿਡ ਹੈ, ਔਰ ਯਹਾਂ ਕੇ ਜੋ ਓਨਰ ਹੈ ਉਹ ਸਿੱਧੂ ਮੂਸੇਵਾਲੇ ਭਾਈ ਕੇ ਬਹੁਤ ਜ਼ਿਆਦਾ ਫੈਨ ਹੈ। ਔਰ ਸਾਹਮਣੇ ਦੇਖੋ ਇਹ ਪੰਜਾਬੀ ਮੇਂ ਲਿਖਾ ਵਿਰਾਸਤੀ ਹਵੇਲੀ, ਔਰ ਇਹ ਦੇਖੋ ਪੂਰਾ ਯਾਰ ਜ਼ਬਰਦਸਤ ਪੰਜਾਬੀ ਕਲਚਰ ਯਹਾਂ ਪੇ ਹੈ। ਔਰ ਇੱਧਰ ਆਂਟੀ ਜੀ ਦੇਖੋ, ਆਂਟੀ ਜੀ ਯੇ ਆਂਟੀ ਇਹ ਕਿਸ ਚੀਜ਼ ਦੀ ਜੀ ਮਿੱਟੀ ਹੈ? ਕਿਹੜੀ ਚਿਕਨੀ ਮਿੱਟੀ ਹੈ ਇਹ? ਅਤੇ ਇਹਦੇ ਵਿੱਚ ਗੋਹਾ ਵੀ ਮਿਕਸ ਕੀਤਾ ਹੋਇਆ ਜੀ? ਅੱਛਾ ਤੂੜੀ ਮਿਕਸ ਕੀਤੀ ਹੋਈ ਹੈ। ਔਰ ਆਂਟੀ ਜੀ ਇਹ ਦੇਖੋ ਯਾਰ ਸੀੜੀਆਂ ਬਣਾ ਰਹੇ ਯਹਾਂ ਪੇ ਪੂਰੀ ਪੰਜਾਬੀ ਕਲਚਰ ਮੇਂ, ਔਰ ਇਹ ਸੀੜੀਆਂ ਰਿਪੇਅਰ ਕੀ ਜਾ ਰਹੀ ਹੈ ਤੂੜੀ ਡਾਲ ਕੇ ਮਿੱਟੀ ਮੇਂ। ਔਰ ਇਹ ਦੇਖੋ ਯਾਰ, ਔਰ ਸਭ ਬੜੀ ਬਾਤ ਇਸਮੇ ਯਹਾਂ ਪਰ ਇਹ ਹੈ ਕਿ ਭਾਈ ਆਪਕੋ ਅਭੀ ਅੰਦਰ ਜੋ ਡਾਇਨਿੰਗ ਏਰੀਆ ਵੋ ਮੈਂ ਆਪਕੋ ਦਿਖਾਤਾ ਹੂੰ ਪੂਰਾ ਪੰਜਾਬੀ ਕਲਚਰ ਮੇਂ ਬਣਾ ਹੂਆ ਹੈ। ਆਓ ਮੇਰੇ ਸਾਥ ਔਰ ਆਪਕੋ ਦਿਖਾਤਾ ਹੂੰ ਮੈਂ। ਯੇ ਦੇਖੋ ਭਾਈ, ਯੇ ਅੰਦਰ ਹੈ ਡਾਇਨਿੰਗ ਏਰੀਆ, ਔਰ ਯਹਾਂ ਪਰ ਦੇਖੋ ਪੂਰੇ ਪੰਜਾਬੀ ਕਲਚਰ ਮੇਂ ਪੇਂਟਿੰਗ ਕੀ ਗਈ ਹੈ, ਔਰ ਯਹਾਂ ਪਰ ਯੇ ਬੈਠਨੇ ਕੀ ਥੋੜ੍ਹੀ ਸੀ ਫੈਸਿਲਿਟੀ ਹੈ। ਤੋ ਭਾਈ ਫਟਾਫਟ ਸੇ ਯਹਾਂ ਕੇ ਓਨਰ ਸੇ ਮਿਲਤੇ ਹੈ ਔਰ ਉਨਸੇ ਪੂਛਤੇ ਹੈ ਕਿ ਯਾਰ ਮਤਲਬ ਕਿ ਉਨ੍ਹੋਂਨੇ ਸਿੱਧੂ ਮੂਸੇਵਾਲੇ ਭਾਈ ਕੋ ਯੇ ਪੂਰੀ ਹਵੇਲੀ ਡੈਡੀਕੇਟਿਡ ਕੀ ਹੈ ਯਾਰ, ਉਨਕੇ ਨਾਮ ਸੇ ਹੈ ਯੇ ਹਵੇਲੀ ਰੱਖੀ ਹੈ। ਪੁੱਛਦੇ ਹੈ ਔਰ ਦੇਖਦੇ ਹੈ ਕਿੰਨੇ ਬੜੇ ਫੈਨ ਹੈ ਸਿੱਧੂ ਮੂਸੇਵਾਲੇ ਯਾਰ। ਆ ਜਾਓ ਮੇਰੇ ਸਾਥ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ। ਭਾਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਤਲਵਿੰਦਰ ਸਿੰਘ ਹੈ ਜੀ। ਤਲਵਿੰਦਰ ਭਾਜੀ, ਭਾਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਭਾਜੀ ਇੱਕ ਚੀਜ਼ ਦੇਖ ਰਿਹਾ ਯਾਰ ਮੈਂ, ਹਰ ਜਗ੍ਹਾ ਇਸ ਹਵੇਲੀ ਦੇ ਵਿੱਚ ਸਿੱਧੂ ਬਾਈ ਦੀਆਂ ਫੋਟੋਆਂ ਲਾਈਆਂ ਹੋਈਆਂ ਤੁਸੀਂ, ਈਵਨ ਦੇਖੋ ਮੈਂ ਸਾਹਮਣੇ ਵੀ ਦੇਖ ਰਿਹਾ ਟਿੱਬਿਆਂ ਦਾ ਪੁੱਤ, ਹੈ ਕੋਈ ਹੋਰ, ਬੜੀ ਮਤਲਬ ਵਧੀਆ ਕਰਕੇ ਤੁਸੀਂ ਪੇਂਟਿੰਗਸ ਬਣਾਈਆਂ ਹੋਈਆਂ। ਭਾਜੀ ਇਹਦੇ ਪਿੱਛੇ ਕੀ ਰਾਜ਼ ਹੈ ਜੀ? ਇਹ ਇੱਦਾਂ ਜੀ, ਜਿਵੇਂ ਅੱਜ ਕੱਲ੍ਹ ਚਲੋ ਹੈ ਨਾ ਚੱਲ ਹੀ ਰਿਹਾ ਬੱਚਾ ਬੱਚਾ ਮਤਲਬ ਸਿੱਧੂ ਬਾਈ ਦਾ ਫੈਨ ਆ ਹੈ ਨਾ ਜੀ, ਆਪਾਂ ਵੀ ਇਹਦੇ ਵੀਰ ਦੇ ਬਹੁਤ ਵੱਡੇ ਫੈਨ ਆ ਜੀ, ਤਾਂ ਕਰਕੇ ਆਪਾਂ ਸੱਚੀ ਸ਼ਰਧਾਂਜਲੀ ਦਿੱਤੀ ਆ ਵੀਰ ਨੂੰ। ਇਹ ਆਪਾਂ ਹਵੇਲੀ ਤਿਆਰ ਕਰਕੇ ਇਹ ਆਪਾਂ ਸਮਝ ਲਓ ਵੀ ਵੀਰ ਦੇ ਨਾਂ 'ਤੇ ਤਾਂ ਬਣਾਈ ਆ ਵੀ ਵੀਰ ਨੂੰ ਇਹ ਸਮਰਪਿਤ ਕਰਤੀ ਆਪਾਂ ਹਵੇਲੀ ਬਣਾ ਕੇ। ਕਿਆ ਬਾਤ ਹੈ ਭਾਜੀ! ਭਾਜੀ ਥੋੜ੍ਹਾ ਜਿਹਾ ਤੁਸੀਂ ਹਵੇਲੀ ਦਾ ਸਾਨੂੰ ਦਿਖਾ ਸਕਦੇ ਹੋ ਕੀ ਹੈਗਾ ਇੱਥੇ ਕਿਸ ਤਰ੍ਹਾਂ? ਭਾਜੀ ਹੁਣ ਆਪਾਂ ਨੂੰ ਰਸੋਈ ਵਾਲੇ ਲੈਕੇਜ ਪਾਸੇ ਜਾ ਰਹੇ ਆ, ਤੁਹਾਨੂੰ ਆਲਰੇਡੀ ਦਿਖਾਤੀ ਹੈ। ਅੱਛਾ ਭਾਜੀ ਇੱਧਰ ਤੁਸੀਂ ਰਸੋਈ ਬਣਾਈ ਹੈ ਭਾਜੀ? ਹਾਂ ਇਹ ਜੋ ਵੀ ਹੈ ਵੀਰ ਜੀ ਆਪਣਾ ਚੁੱਲ੍ਹੇ 'ਤੇ ਬਣੂਗਾ, ਆਪਾਂ ਸਾਗ ਵਗੈਰਾ ਬਣਾਉਂਦੇ ਹਾਂ ਚੁੱਲ੍ਹੇ 'ਤੇ ਬਣਾਉਂਦੇ ਹਾਂ, ਰੋਟੀ ਵਗੈਰਾ ਉਹ ਵੀ ਸਾਡੀ ਚੁੱਲ੍ਹੇ 'ਤੇ ਹੀ ਬਣਦੀ, ਆਪਾਂ ਗੈਸ ਵਗੈਰਾ ਯੂਜ਼ ਨਹੀਂ ਕਰਦੇ। ਗੈਸ ਵਗੈਰਾ ਯੂਜ਼ ਨਹੀਂ ਕਰਦੇ? ਨਹੀਂ ਜੀ ਨਹੀਂ। ਠੀਕ ਹੈ ਭਾਜੀ, ਅਤੇ ਮਤਲਬ ਭਾਜੀ ਜਿੱਦਾਂ ਹੁਣ ਇਹ ਸਾਰੀ ਲੱਕੜ ਵਗੈਰਾ ਲੈ ਕੇ ਤੁਸੀਂ ਆਉਂਦੀ ਹੈ ਸਾਰੀ, ਜਿੱਦਾਂ ਮੈਨੂੰ ਉਹਨੇ ਸੁਣਨ 'ਚ ਆਇਆ, ਆਂਟੀ ਨੇ ਮੈਨੂੰ ਦੱਸਿਆ ਕਿ ਨਿੰਮ ਦੀ ਲੱਕੜ ਯੂਜ਼ ਕਰਦੇ ਹਾਂ ਅਸੀਂ ਮੋਸਟਲੀ ਸਾਰੀ। ਹਾਂਜੀ ਉਹਦੇ ਨਾਲ ਉਹ ਜੀ ਸਾਗ ਦਾ ਜਿਹੜਾ ਟੇਸਟ ਆ ਉਹਦੇ 'ਚ ਕਾਫੀ ਫਰਕ ਪੈ ਜਾਂਦਾ ਨਾ। ਅੱਛਾ ਜੀ, ਤਾਂ ਕਰਕੇ। ਕਿਆ ਬਾਤ ਹੈ! ਅਤੇ ਭਾਜੀ ਸਾਗ ਅਤੇ ਮੱਕੀ ਦੀ ਰੋਟੀ ਮੈਂ ਦੇਖਿਆ ਬਾਹਰ, ਤੁਸੀਂ ਲਿਖਿਆ ਕਿ ਥਾਲ ਮਿਲਦਾ ਇੱਥੇ ਸਾਗ ਦਾ, ਸਾਗ ਅਤੇ ਮੱਕੀ ਦੀ ਰੋਟੀ, ਅਤੇ ਥਾਲ ਦਾ ਰੇਟ ਤੁਸੀਂ ਰੱਖਿਆ 50 ਰੁਪਈਏ ਤੁਸੀਂ ਇੱਥੇ ਲਿਖਿਆ ਹੋਇਆ ਭਾਜੀ।
हाँ जी। तो भाजी ये किनिया मक्की की रोटियां होंगे तो कि भाजी मतलब की होंगे की थाल च भाजी ये इदा जी जी अं थाली तैयार करके दें ना। हाँ जी भाजी जिम्मे एक कौली साग की हो गई जी जिम्मे एक बंदे के खाण जोगी है ना जी जी उस दो मक्की रोटियां हो गई सलाद हो गया अचार हो गया जी आप 50 रुपए च दे दें जी भाजी क्या बात है भाजी आ किस टाइम के पत्थर पे है यार मैं जिथे तक लगता है तोलन वाले है भाजी है ना ये आवा जी देखो असि भी इन्हों पहला पत्थर ही समझते हैं। अच्छा जी ये सानू जेड़े देके गए ने जां उरे अपने कोले बजुर्ग वगैरह आउंदे आ। हाँ जी भाजी उन्होंने सानू दस्या कहिंदे वी इह ना पुरानियां पंसेरियां ने पत्थर नहीं गे। अच्छा जी जिवें आपां तकड़ी देखदे अच्छा आ तकड़ी पई है। हाँ जी भाजी हुण तां आ कंप्यूटर कंडे वगैरह आ गए है ना जी भाजी ते इह पहला जो नाप तोल हुंदा सीगा तकड़ी दे विच इह पंसेरियां नाल ही हुंदा। अच्छा आ वाली पंसेरियां नाल हुंदी। हाँ जी 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 पंसेरियां ने पुरानी क्या बात है भाजी ते भाजी मैं एक चीज होर देख पा रहा तुहाडा जिहड़ा डाइनिंग हॉल बनाया जिथे तुसीं अंदर बैठ के जिहड़े सारे रोटी खांदे आ ते भाजी ए तुसी अंदर ए बटन लाए है यार भाजी मैं पुरानियां चीजां दा ना बड़ा फैन है आ बटन अज दी रेट च कितों नहीं मिलदे ये सानू भी तकरीबन बड़ी मुश्किल नाल मिले है जी ये। अच्छा जी हाँ तकरीबन सानू तुसी हिसाब लाओ भाई एक महीना लग गया सानू ये मंगवाउण जो ए वाले अपना हाँ ए वाले बटन लभन नू वो भी अपना मित्र सीगा मुंडा इत्थों गल्लां तों ही आ उहने अच्छा जी चलो अपनी हेल्प कीती आपां नू मंगवा के दित्ता यार भाजी आपां देख रहे हां कि सारा ये गोहे दी लिपाई है भाजी कीती हुई सारी। हाँ जी इहदे विच जिवें पीली मिट्टी होगी जी। अच्छा जी पीली मिट्टी दे विच तूड़ी पा के गोहा पा के तकरीबन लिपिया होया है मतलब भाजी पूरा पंजाबी कल्चर वाली फीलिंग दे रखी है इत्थे पूरी मतलब तुहानूं ये नहीं लगेगा कि तुसीं पुराने पंजाब दे विच तुहानूं ए फीलिंग आएगी कि तुसीं पुराने पंजाब दे विच वापस आ गए हो ए भाजी इदां होवां वीर जी देखो ਜਦੋਂ ਇਹ ਆਪਾਂ ਘਰ ਬਣਾਉਣਾ ਸੀਗਾ ਆਪਾਂ ਵੀ ਸੋਚਿਆ ਵੀ ਚਲੋ ਹਨਾ ਆਪਣੇ ਮਨ 'ਚ ਸੀਗਾ। ਹਾਂਜੀ ਭਾਜੀ ਵੀ ਆਪਾਂ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਆਪਾਂ ਆਪਣੀ ਵਿਰਾਸਤ ਦਿਖਾਉਣੀ ਆ ਆਪਾਂ ਪੁਰਾਣੇ ਕਲਚਰ ਨਾਲ ਆਪਣੇ ਨਾਲ ਜੋੜ ਕੇ ਰੱਖਣਾ। ਕੀ ਬਾਤ ਹੈ ਜੀ ਤਾਂ ਕਰਕੇ ਇਹ ਘਰ ਜਿਹੜਾ ਆਪਾਂ ਤਿਆਰ ਕੀਤਾ ਵਾ ਜੀ ਇਹ ਉਸੇ ਹਿਸਾਬ ਨਾਲ ਤਿਆਰ ਕੀਤਾ ਤੁਸੀਂ ਛੱਤ ਦਿਖਾਓ ਛੱਤ ਦੇਖੋ ਯਾਰ ਕੀ ਜ਼ਬਰਦਸਤ ਸਿਰਫ ਸਲਵਾੜ ਪਾਇਆ ਹੋਇਆ ਜੀ। ਅੱਛਾ ਸਲਵਾੜ ਭਾਜੀ ਹਾਂ ਇੱਟਾਂ ਵਗੈਰਾ ਨਹੀਂ ਲੱਗੀਆਂ ਹੋਈਆਂ ਸਲਵਾੜ ਹੀ ਲੱਗਿਆ ਹੋਇਆ ਸਲਵਾੜ ਦੇ ਉੱਤੇ ਮਿੱਟੀ ਪਾ ਕੇ ਮਤਲਬ ਆਪਾਂ ਇਹ ਘਰ ਤਿਆਰ ਕਰਤਾ। ਬੜਾ ਜ਼ਬਰਦਸਤ ਭਾਜੀ ਯਾਰ ਬਹੁਤ ਹੀ ਵਧੀਆ ਭਾਜੀ ਮਨ ਖੁਸ਼ ਹੋ ਗਿਆ ਯਾਰ ਭਾਜੀ ਆ ਕੇ ਇੱਥੇ ਤੇ ਭਾਜੀ ਹੁਣ ਸਾਨੂੰ ਆਪਣਾ ਸਾਗ ਵਗੈਰਾ ਤੇ ਮੱਕੀ ਦੀ ਰੋਟੀ ਟੇਸਟ ਕਰਵਾਓ ਯਾਰ ਔਰ ਸਾਨੂੰ ਥੋੜੀ ਜਿਹੀ ਮੇਕਿੰਗ ਦਿਖਾਓ। ਹਾਂਜੀ ਜ਼ਰੂਰ ਜ਼ਰੂਰ ਮੈਂ ਦਿੰਦਾ ਜੀ ਆਰਡਰ ਕਹਿੰਦਾ ਉਹਨਾਂ ਨੂੰ ਬੈਠੋ ਤੁਸੀਂ ਜਿੱਥੇ ਬੈਠੋ। ਤੋ ਭਾਈ ਆਜ ਆਪਕੋ ਪੂਰਾ ਸਾਗ ਦਿਖਾਏਂਗੇ ਕਿ ਪੰਜਾਬੀ ਕਲਚਰ ਮੇਂ ਬੇਸਿਕਲੀ ਸਾਗ ਬਣਤਾ ਕੈਸੇ ਹੈ। ਭਾਜੀ ਆਪਾਂ ਫਿਰ ਪੂਰਾ ਸਾਗ ਦਿਖਾਵਾਂਗੇ ਅੱਜ ਕਿ ਸਾਗ ਬਣਦਾ ਕਿੱਦਾਂ ਪੰਜਾਬੀ ਕਲਚਰ 'ਚ। ਲੱਗੇ ਹਾਂ ਜੀ ਆਪਾਂ ਤਕਰੀਬਨ ਡੇਲੀ ਬਣਾਉਂਦੇ ਹਾਂ ਜੀ। ਆਹ ਦੇਖੋ ਯਾਰ ਸਾਗ ਬਿਲਕੁਲ ਫਰੈਸ਼ ਭਾਜੀ ਮੈਨੂੰ ਲੱਗਦਾ ਖੇਤਾਂ 'ਚੋਂ ਤੋੜਿਆ ਹੋਇਆ ਸਾਗ ਹੈ ਭਾਜੀ। ਜ਼ਬਰਦਸਤ ਬਹੁਤ ਹੀ ਵਧੀਆ ਯਾਰ ਔਰ ਇੱਧਰ ਦੇਖੋ ਯਾਰ ਕਿੱਦਾਂ ਮਤਲਬ ਕਿ ਚੁੱਲ੍ਹਾ ਬਲਦਾ ਪਿਆ ਇੱਧਰ ਸਾਗ ਬਣੇਗਾ ਦੇਖੋ ਇਹ ਪਾਣੀ ਰੱਖਿਆ ਹੋਇਆ। ਵਾਹ ਜੀ ਵਾਹ ਜ਼ਬਰਦਸਤ ਬਹੁਤ ਹੀ ਵਧੀਆ। ਤੁਸੀਂ ਸਾਨੂੰ ਇੱਕ ਚੀਜ਼ ਦੱਸ ਸਕਦੇ ਹੋ ਜੀ ਜਿਹੜਾ ਹੁਣੇ ਆਪਾਂ ਇਸ ਤਰ੍ਹਾਂ ਕੀਤਾ ਸੀ ਇਹ ਮਤਲਬ ਕੀ ਰੀਤ ਹੈ ਜੀ ਕੀ ਰਿਵਾਜ਼ ਹੈ ਪਹਿਲਾਂ ਸ਼ੁਰੂ ਤੋਂ ਹੀ ਰਿਵਾਜ਼ ਆ ਪੰਜਾਬ ਦਾ ਜੀ ਜੀ ਕਿਆ ਬਾਤ ਹੈ। ਔਰ ਇਹ ਦੇਖੋ ਭਾਈ ਸਾਹਿਬ ਇੱਧਰ ਚੁੱਲ੍ਹੇ ਮੇਂ ਸਾਗ ਬਣ ਰਿਹਾ ਔਰ ਇਹ ਸਾਗ ਚਲਾ ਗਿਆ ਅੰਦਰ ਇਹ ਦੇਖੋ ਹੈ ਨਾ ਜ਼ਬਰਦਸਤ ਕੰਮ ਇਹ ਦੇਖੋ ਔਰ ਇਹ ਸਾਗ ਜਾ ਰਿਹਾ ਔਰ ਇਹ ਲਾਈਵ ਦਿਖਾ ਰਹੇ ਭਾਈ ਸਾਹਿਬ ਆਪਕੋ ਕਿ ਪੰਜਾਬ ਮੇਂ ਪੂਰੇ ਦੇਸੀ ਤਰੀਕੇ ਸੇ ਸਾਗ ਕੈਸੇ ਬਣਤਾ ਹੈ ਇਹ ਦੇਖੋ ਖੇਤੋਂ ਕਾ ਸਾਗ ਹੈ ਜੋ ਵੀ ਤਾਜ਼ਾ ਟੁੱਟਾ ਬਿਲਕੁਲ ਤਾਜ਼ਾ ਤੋੜਿਆ ਜੀ ਸਾਗ ਜੀ। ਹਾਂਜੀ ਤਾਜ਼ਾ ਤੋੜ ਕੇ ਜਦੀ ਇਹਨੂੰ ਧੋ ਕੇ ਫਿਰ ਕੱਟਿਆ ਜਾਂਦਾ। ਕੀ ਬਾਤ ਹੈ ਜੀ ਬਹੁਤ ਹੀ ਵਧੀਆ ਪਤੀਲੇ 'ਚ ਪੈ ਗਿਆ ਸਾਗ ਔਰ ਇੱਧਰ ਦੇਖੋ ਜੀ ਇਹ ਲੱਕੜਾਂ ਲੱਗ ਗਈਆਂ ਲੱਕੜਾਂ ਬਲਦੀਆਂ ਪਈਆਂ ਪੂਰੀਆਂ ਥੱਲੇ ਇਹ ਦੇਖੋ ਇਹ ਸਾਗ ਬਣ ਰਿਹਾ ਪੂਰਾ ਜ਼ਬਰਦਸਤ ਪੂਰੇ ਪੰਜਾਬੀ ਕਲਚਰ ਨਾਲ ਬਹੁਤ ਹੀ ਭਾਈ ਦੇਖਦੇ ਹੀ ਦੇਖਦੇ ਦੇਖੋ ਯਾਰ ਯਹਾਂ ਪੇ ਕਿਤਨਾ ਰਸ਼ ਲੱਗ ਗਿਆ ਔਰ ਇਸੇ ਹੀ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਯਹਾਂ ਕੇ ਖਾਣੇ ਕਾ ਜ਼ਾਇਕਾ ਕੈਸਾ ਹੈ ਯਾਰ ਕੈਸਾ ਜ਼ਾਇਕਾ ਯਹਾਂ ਕੇ ਖਾਣੇ ਕਾ ਹੋਗਾ ਇਸ ਰਸ਼ ਸੇ ਆਪ ਅੰਦਾਜ਼ਾ ਲਗਾ ਸਕਦੇ ਹੋ ਯਾਰ ਹੈ ਨਾ ਤੋ ਬਸ ਆਪਣੀ ਥਾਲੀ ਕੀ ਵੇਟ ਕਰ ਰਹਾ ਹੂੰ ਮੈਂ ਥਾਲੀ ਜੈਸੀ ਆਤੀ ਹੈ ਫਿਰ ਟੇਸਟ ਕਰਕੇ ਦੇਖਦੇ ਹਾਂ ਕਿ ਥਾਲੀ ਕੈਸੀ ਹੈ ਖਾਣੇ ਮੇਂ। ਆਹ ਦੇਖੋ ਯਾਰ ਤੜਕਾ ਮਾਰ ਕੇ ਪੰਜਾਬੀ ਸਾਗ ਪੂਰਾ ਪੇਂਡੂ ਸਾਗ ਤੜਕਾ ਮਾਰ ਕੇ ਬਣ ਗਿਆ ਜ਼ਬਰਦਸਤ ਵਾਲਾ ਔਰ ਇਹਨੂੰ ਖਾ ਕੇ ਦੇਖਦੇ ਹਾਂ ਕਿ ਇਹਦਾ ਟੇਸਟ ਕਿੱਦਾਂ ਦਾ ਅਤੇ ਇਹਦਾ ਜ਼ਾਇਕਾ ਕਿੱਦਾਂ ਦਾ ਯਾਰ ਬਹੁਤ ਹੀ ਜ਼ਬਰਦਸਤ। ਔਰ ਇੱਧਰ ਦੇਖੋ ਯਾਰ ਮੱਕੀ ਦੀ ਰੋਟੀਆਂ ਪੂਰੀਆਂ ਲੱਗ ਰਹੀਆਂ ਤਵੇ 'ਤੇ ਜ਼ਬਰਦਸਤ ਵਾਲੀਆਂ ਦੇਖੋ ਪੂਰੀਆਂ ਜ਼ਬਰਦਸਤ। ਭਾਈ ਸਾਹਿਬ ਇਹ ਚੈੱਕ ਕਰੋ ਯਾਰ ਇਹ ਪੰਜਾਬੀ ਦੇਸੀ ਹਵੇਲੀ ਮੇਂ ਵੋ ਵੀ ਸਿੱਧੂ ਮੂਸੇ ਵਾਲੇ ਭਾਈ ਕੇ ਨਾਮ ਪੇ ਜੋ ਹਵੇਲੀ ਹੈ ਵਹਾਂ ਕਾ ਸਾਗ ਦੇਖੋ ਔਰ ਇਹ ਜੋ ਸਾਗ ਹੈ ਨਾ ਇਸ ਕੀ ਜੋ ਸਪੈਸ਼ਲਿਟੀ ਹੈ ਭਾਈ ਵੋ ਇਹ ਹੈ
कि ये ग्राइंड नहीं किया हुआ, ये प्योर पंजाबी तरीके से ना, वो जिसको बोलते हैं घोटना बोलते हैं यार पंजाबी में, उसके साथ ये घोटा गया। क्योंकि ये देखो पूरा इसमें अभी साग अच्छी तरह से, मतलब मोटा मोटा साग जिसको बोलते हैं वो है, और साथ में यार वेरका का बटर है, गुड़ है, देसी मूली है, गाजर है और मक्की की रोटी है। भाई साहब ये पूरा थाल है ना जो सिर्फ और सिर्फ 50 रुपये का है, तो बहुत इकोनॉमिकल है। और फटाफट से यार ट्राई करता हूँ मक्की की रोटी। ओ भाई साहब भाई साग का टेस्ट पूरा देसी है, जो पंजाब के विलेजेस में जैसा साग का टेस्ट बनता है ना, प्योर वही देसी साग का टेस्ट है, ऑथेंटिक टेस्ट है। क्योंकि आपको आपको अभी दिखाया लकड़ी के चूल्हे पे बन रहा है, और मेरी हर वीडियो में आपको मैं बताता हूँ कि जब कच्चा कोयला या लकड़ी पे कोई भी चीज़ बनती है ना यार, उसका जो टेस्ट आता ना यार, वो एक डिफरेंट लेवल का टेस्ट है। बहुत ही बढ़िया साग है, और 50 रुपये में ये थाली वर्थ रखती है यार, 50 रुपये में बहुत इकोनॉमिकल है यार। एक चीज़ और मैं ऑब्जर्व कर रहा हूँ, यहाँ पे एक्चुअली जो रोटी देते हैं ना मक्की की, वो काफ़ी मोटी है यार। अभी मैंने एक रोटी खाई है, और एक रोटी में ना मेरी बस हो गई है, पेट ऐसा लग रहा है जैसे फुल हो गया। ये देखो ये मक्की की रोटी ना काफ़ी मोटी है, हैवी है, बट जो साग का टेस्ट है ना भाई साहब, वो एक नंबर है यार। पंजाब के विलेज का ना प्योर देसी साग का जैसे टेस्ट होता है, वो टेस्ट है यार, अल्टीमेट टेस्ट है। तो फाइनली भाई यहाँ पे लस्सी मिलती है। दीदी ये रेट की है जी? ये 10 रुपये ग्लास। अच्छा 10 रुपये का ग्लास है, बहुत ही बढ़िया। दीदी मैं टेस्ट करके देखता, थैंक यू दीदी। तो यार चाटी की लस्सी टेस्ट करने लगा हूँ, बहुत ही यार ज़बरदस्त टेस्ट है। और पीछे अपना सिद्धू भाई की आप पेंटिंग देख रहे हो यार, मस्त लस्सी यार, 10 रुपये में बहुत ही ज़बरदस्त और इकोनॉमिकल रेट है, मस्त ट्राई करने वाली लस्सी है। और यहाँ का फूड बहुत ही बढ़िया है, मस्त ट्राई करना। थोड़ी देर में आपको लोकेशन समझाता हूँ कि आपको ये फूड और ये लस्सी कहाँ पर मिलेगी और कहाँ पर आपको ट्राई करनी है। जी खाना खादा तुसी इत्थे मक्की रोटी ते सरसों दा साग भाजी? हाँ भाजी किदा दा लग्गिया जी? पूरा वधिया जी, जबरदस्त भाजी, पूरा जबरदस्त भाजी। कदों तो आ रहे हो इत्थे? सानू हो गए जी 20 दिन हो गए घट्टो घट्ट। अच्छा 20 दिन लगातार खा रहे हो? तो आप बहुत डर गया जी, उस तो पहला दे लगे जी। क्या बात है, ते भाजी कि तुहाडा पिंड लग ही है या? आलमगिरी पिंड है जी। अच्छा आलमगिरी पिंड है जी, पैसे लई खाण आउंदे जी। क्या बात है भाजी। तो भाई खाना खा लिया, बहुत ही ज़बरदस्त है मक्की की रोटी और सरसों का साग। और ये देखो भाई साहब यहाँ पर रोटी के बाद मिलता है बिना केमिकल वाला गुड़, और ये आपको खाने के बाद मिलेगा। तो भाई फटाफट से इस सिद्धू मूसे वाले भाई की हवेली का एड्रेस नोट कर लो, लोकेशन नोट कर लो। भाई साहब देखो रश कितना पड़ गया यहाँ पे। मैं अभी हूँ सिद्धू मूसे वाले भाई की हवेली में। आपको आना कहाँ पर है? आप जब लुधियाना से मलेरकोटला वाली रोड पर जाओगे तो आलमगीर गुरुद्वारा साहब आते हैं। आलमगीर गुरुद्वारा साहब का जो मेन गेट आता है भाई साहब, उसके बिल्कुल थोड़ा सा आगे जाके लेफ्ट साइड पे आपको ये सिद्धू मूसे वाले भाई की हवेली मिलेगी, जहां पर आपको सरसों का साग और मक्की की रोटी बहुत ही बढ़िया वाली खाने को मिलेगी। तो भाई अगर आपको मेरा वीडियो अच्छा लगे, मेरे वीडियो को लाइक कर दें, शेयर कर दें, और चैनल को सब्सक्राइब करना मत भूलें। तब तक के लिए टेक केयर।